ਭਾਰਤੀ ਮੂਲ ਦੇ ਰਿਸ਼ੀ ਸੁਨਕ ਹੁਣ ਦੁਨੀਆ ਦੇ ਇੱਕ ਮਹਾਂਸ਼ਕਤੀ ਦੇ ਪ੍ਰਧਾਨ ਮੰਤਰੀ ਨੇ। ਉਹ ਅਗਲੇ 2 ਸਾਲਾਂ ਤੱਕ ਬ੍ਰਿਟੇਨ ਉੱਤੇ ਰਾਜ ਕਰਨਗੇ ਅਤੇ ਦੇਸ਼ ਦੇ ਅਰਥਚਾਰੇ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ। ਬ੍ਰਿਟੇਨ 'ਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸੁਨਕ ਨੇ ਦੀਵਾਲੀ ਵਾਲੇ ਦਿਨ ਵੱਡਾ ਧਮਾਕਾ ਕੀਤਾ ਹੈ। ਉਹਨਾਂ ਨੂੰ ਸੋਮਵਾਰ ਨੂੰ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣ ਲਿਆ ਗਿਆ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਹੁਦੇ ਦੀ ਦੌੜ ਤੋਂ ਪੈਨੀ ਮਾਰਡੋਟ ਵੱਲੋਂ ਪਿੱਛੇ ਹਟਣ ਤੋਂ ਬਾਅਦ ਸੁਨਕ ਨੂੰ ਬਿਨਾਂ ਮੁਕਾਬਲਾ ਚੁਣ ਲਿਆ ਗਿਆ। ਸੁਨਕ ਨੇ 357 ਕੰਜ਼ਰਵੇਟਿਵ ਸੰਸਦ ਮੈਂਬਰਾਂ 'ਚੋਂ ਅੱਧੇ ਤੋਂ ਵੱਧ ਦਾ ਸਮਰਥਨ ਜਿੱਤਿਆ, ਜਦੋਂ ਕਿ ਇਸ ਨੂੰ ਜਿੱਤਣ ਲਈ ਘੱਟੋ ਘੱਟ 100 ਸੰਸਦ ਮੈਂਬਰਾਂ ਦੀ ਹਮਾਇਤ ਦੀ ਲੋੜ ਸੀ। ਸੁਨਕ ਤੇ PM ਬਣਦਿਆਂ ਹੀ ਪਾਕਿਸਤਾਨ ਦੇ ਵਿੱਚ ਜਸ਼ਨ ਮਨਾਏ ਜਾਣ ਲੱਗ ਪਏ। ਸੋਸ਼ਲ ਮੀਡੀਆ ਉੱਤੇ ਲੋਕ ਸੁਨਕ ਨੂੰ ਪਾਕਿਸਤਾਨ ਦਾ ਦੱਸਣ ਲੱਗੇ। ਸੁਨਕ ਦੇ ਦਾਦਾ ਦਾਦੀ ਬ੍ਰਿਟਿਸ਼ ਸ਼ਾਸਨ ਵਾਲੇ ਭਾਰਤ ਵਿੱਚ ਪੈਦਾ ਹੋਏ ਸਨ, ਪਰ ਵੰਡ ਤੋਂ ਬਾਅਦ ਉਹਨਾਂ ਦਾ ਜਨਮ ਅਸਥਾਨ ਗੁਜਰਾਂਵਾਲਾ ਆਧੁਨਿਕ ਪਾਕਿਸਤਾਨ ਦੇ ਪੰਜਾਬ ਸੂਬੇ 'ਚ ਚਲਾ ਗਿਆ। ਇਸ ਤਰ੍ਹਾਂ ਇੱਕ ਅਜੀਬ ਤਰੀਕੇ ਨਾਲ ਨਵੇਂ ਬ੍ਰਿਟਿਸ਼ ਨੇਤਾ ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ ਦੋਵੇਂ ਨੇ। ਹੁਣ ਤੱਕ ਉਹਨਾਂ ਦੇ ਵੰਸ਼ ਬਾਰੇ ਬਹੁਤ ਘੱਟ ਵੇਰਵੇ ਸਿਰਫ ਸੋਸ਼ਲ ਮੀਡੀਆ ਉੱਤੇ ਹੀ ਉਪਲਬਧ ਨੇ। ਬ੍ਰਿਟੇਨ 'ਚ ਕੌੜੀ ਸਿਆਸੀ ਤਕਰਾਰ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਦੋਵੇਂ ਹੀ ਉਹਨਾਂ ਦੇ ਸੱਤਾ 'ਚ ਆਉਣ ਬਾਰੇ ਆਪਣੇ ਵਿਚਾਰ ਜ਼ਾਹਿਰ ਕਰ ਰਹੇ ਨੇ। ਪਾਕਿਸਤਾਨ ਦਾ ਸ਼ਹਿਰ ਗੁਜਰਾਂਵਾਲਾ ਦੇਸ਼ ਦਾ 7ਵਾਂ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ। ਰਿਸ਼ੀ ਸੁਨਕ ਬ੍ਰਿਟੇਨ ਦੇ 210 ਸਾਲ ਦੇ ਇਤਿਹਾਸ 'ਚ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਹੋਣਗੇ। ਉਹ ਬੋਰਿਸ ਜੌਨਸਨ ਦੀ ਸਰਕਾਰ 'ਚ ਵਿੱਤ ਮੰਤਰੀ ਸਨ। ਬ੍ਰਿਟੇਨ 'ਚ ਪਹਿਲੀ ਵਾਰ ਕੋਈ ਹਿੰਦੂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇਗਾ। ਸੁਨਕ ਦੀ ਪਤਨੀ ਅਕਸ਼ਤਾ ਭਾਰਤੀ ਨਾਗਰਿਕ ਨੇ ਅਤੇ IT ਦਿੱਗਜ ਇਨਫੋਸਿਸ ਦੇ ਸਹਿ ਸੰਸਥਾਪਕ ਨਾਰਾਇਣ ਮੂਰਤੀ ਦੀ ਧੀ। ਰਿਸ਼ੀ ਸੁਨਕ ਨਿਯਮਤ ਤੌਰ ਉੱਤੇ ਸਾਊਥਹੈਂਪਟਨ ਦੇ ਮੰਦਰ ਜਾਂਦੇ ਨੇ। ਉਹਨਾਂ ਦੀਆਂ ਬੇਟੀਆਂ ਦਾ ਨਾਂ ਅਨੁਸ਼ਕਾ ਅਤੇ ਕ੍ਰਿਸ਼ਨਾ ਹੈ। ਰਿਸ਼ੀ ਸੁਨਕ ਦੇ ਸਹੁਰੇ ਨਾਰਾਇਣ ਮੂਰਤੀ ਨੇ ਆਪਣੇ ਜਵਾਈ ਦੇ ਪ੍ਰਧਾਨ ਮੰਤਰੀ ਬਣਨ ਉੱਤੇ ਖੁਸ਼ੀ ਜਤਾਈ ਹੈ। ਨਾਰਾਇਣ ਮੂਰਤੀ ਨੇ ਕਿਹਾ ਹੈ ਕਿ ਉਹਨਾਂ ਨੂੰ ਸੁਨਕ ਉੱਤੇ ਮਾਣ ਹੈ ਅਤੇ ਉਹਨਾਂ ਦੀ ਸਫਲਤਾ ਦੀ ਕਾਮਨਾ ਕਰਦੇ ਨੇ। ਮੂਰਤੀ ਨੇ ਅੱਗੇ ਕਿਹਾ ਹੈ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸੁਨਕ ਦੇਸ਼ ਦੇ ਲੋਕਾਂ ਲਈ ਬਿਹਤਰ ਕੰਮ ਕਰਨਗੇ। ਰਿਸ਼ੀ ਸੁਨਕ ਨੂੰ ਲੈ ਕੇ ਭਾਰਤ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ। PM ਮੋਦੀ ਨੇ ਟਵੀਟ ਕਰਕੇ ਸੁਨਕ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਮੈਂ ਸੁਨਕ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ। ਰਿਸ਼ੀ ਸੁਨਕ ਨੇ ਆਪਣੀ ਪਹਿਲੀ ਚੋਣ 2015 'ਚ ਸਿਰਫ 35 ਸਾਲ ਦੀ ਉਮਰ 'ਚ ਜਿੱਤੀ ਸੀ। ਉਹ 7 ਸਾਲਾਂ ਬਾਅਦ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ। ਰਿਸ਼ੀ ਸੁਨਕ ਨੇ 2020 ਦੀ ਦੀਵਾਲੀ ਉੱਤੇ ਡਾਊਨਿੰਗ ਸਟ੍ਰੀਟ ਉੱਤੇ ਦੀਵਾ ਜਗਾਇਆ ਸੀ। ਉਹ ਉਸ ਸਮੇਂ ਚਾਂਸਲਰ ਸਨ। ਇਸ ਸਾਲ ਅਗਸਤ ਦੇ ਵਿੱਚ ਉਹਨਾਂ ਨੇ ਹਰਟਫੋਰਡ ਸ਼ਾਇਰ 'ਚ ਇਸਕੌਨ ਦੇ ਭਗਤੀ ਵੇਦਾਂਤ ਮਨੋਹਰ ਦਾ ਦੌਰਾ ਕੀਤਾ ਸੀ। ਉੱਥੇ ਉਹਨਾਂ ਨੇ ਗਊ ਪੂਜਾ ਵੀ ਕੀਤੀ ਸੀ। ਜ਼ਿਕਰਯੋਗ ਇਹ ਹੈ ਕਿ ਰਿਸ਼ੀ ਸੁਨਕ ਦਾ PM ਬਣਨਾ ਇਤਿਹਾਸਿਕ ਹੈ। ਉਹਨਾਂ ਦੇ PM ਬਣਨ ਦੇ ਨਾਲ ਹੀ ਭਾਰਤ ਪਾਕਿਸਤਾਨ ਵਿਚਕਾਰ 75 ਸਾਲ ਪਹਿਲਾਂ ਦੀ ਵੰਡ ਦਾ ਦਰਦ ਅਤੇ ਦੋਵਾਂ ਦੇਸ਼ਾਂ ਦਾ ਇਤਿਹਾਸ ਵੀ ਖਬਰਾਂ 'ਚ ਆ ਗਿਆ। ਰਿਸ਼ੀ ਸੁਨਕ ਬ੍ਰਿਟੇਨ ਦੇ ਪਹਿਲੇ ਗੈਰ ਗੋਰੇ ਪ੍ਰਧਾਨ ਮੰਤਰੀ ਨੇ। ਇਸ ਅਹੁਦੇ ਉੱਤੇ ਆਉਂਦਿਆਂ ਹੀ ਭਾਰਤ ਅਤੇ ਪਾਕਿਸਤਾਨ ਇੱਕ ਗੌਰਵ ਸਾਂਝਾ ਕਰਨ ਲਈ ਇਤਿਹਾਸ ਦੇ ਸਿਖਰ ਉੱਤੇ ਹੈ। ਹਾਲਾਂਕਿ ਉਹਨਾਂ ਵਿੱਚੋਂ ਕਿਸੇ ਨੇ ਵੀ ਇਸ ਵਿੱਚ ਭੂਮਿਕਾ ਨਹੀਂ ਨਿਭਾਈ। ਬਿਊਰੋ ਰਿਪੋਰਟ।